ਚੱਲ 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 ਹਾਂ ਇਹ ਅਸੀਂ ਪਹੁੰਚ ਗਏ ਹਾਂ ਜੀ ਬਠਿੰਡਾ ਬ੍ਰਾਂਚ ਨਹਿਰ ਅੱਜ ਦੇ ਸਾਈਕਲਿੰਗ ਟੂਰ ਦੇ ਵਿੱਚ। ਸੋ ਇਹ ਨਵਾਂ ਪੁਲ ਬਣਿਆ ਹੋਇਆ, ਨਹਿਰ ਦਾ ਵਿਊ ਤੁਸੀਂ ਆਲੇ ਦੁਆਲੇ ਦੇਖ ਸਕਦੇ ਹੋ, ਕਿੰਨਾ ਸ਼ਾਂਤ ਮਾਹੌਲ, ਕੁਦਰਤੀ ਪੰਛੀਆਂ ਦੀਆਂ ਆਵਾਜ਼ਾਂ। ਅਤੇ ਆਹ ਇੱਕ ਜੰਡ ਦਾ ਦਰਖਤ ਸਾਨੂੰ ਲੱਭਿਆ, ਅਤੇ ਖਾਸ ਗੱਲ ਇਹਦੀ ਇਹ ਹੋ ਗਈ ਵੀ ਇਹ ਪਹਿਲਾਂ ਦੇਖਿਆ ਜਿਹਦੇ ਆਲੇ ਦੁਆਲੇ ਕਿਸੇ ਨੇ ਕੋਈ ਕੱਪੜਾ ਨਹੀਂ ਬੰਨਿਆ। ਨਹੀਂ ਤਾਂ ਆਪਣੇ ਲੋਕ ਅੰਧ ਵਿਸ਼ਵਾਸ ਦੇ ਤਹਿਤ ਜੰਡ ਦੇ ਦਰਖਤ ਦੇ ਆਲੇ ਦੁਆਲੇ ਦਰਖਤ ਦਾ ਨਾਸ ਮਾਰ ਦਿੰਦੇ ਆ ਜੀ ਤੇਲ ਪਾ ਪਾ ਕੇ। ਅਤੇ ਆ ਜਾਓ, ਤੁਹਾਨੂੰ ਹੁਣ ਕੁਦਰਤੀ ਬਿਊਟੀ ਦਿਖਾਉਂਦੇ ਹਾਂ, ਨਹਿਰ ਦੇ ਸ਼ਾਂਤਮਈ ਵਾਤਾਵਰਨ ਆ, ਬਿਲਕੁਲ ਕੋਈ ਇੱਥੇ ਆਵਾਜਾਈ ਨਹੀਂ ਹੈ ਖਾਸ। ਨਵਾਂ ਪੁਲ ਬਣਿਆ, ਇਹ ਲੋਹੇ ਦਾ ਪੁਲ ਆ ਜੀ, ਦੇਖੋ ਇਟ ਇਜ਼ ਨੋਟ ਏ ਸੀਮੈਂਟਡ ਪੁਲ, ਸੀਮੈਂਟਡ ਬ੍ਰਿਜ ਨਹੀਂ ਹੈਗਾ ਟ੍ਰਡੀਸ਼ਨਲ, ਬਟ ਇਹ ਲੋਹੇ ਦਾ ਪੁਲ ਬਣਿਆ ਹੋਇਆ। ਥੱਲੇ ਇਹਦੇ ਕੋਈ ਸਪੋਰਟ ਨਹੀਂ, ਬਿਲਕੁਲ ਵਿਦਾਊਟ ਐਨੀ ਸਪੋਰਟ ਪਾਣੀ ਥੱਲੇ ਲੰਘ ਰਿਹਾ। ਮਰਗਾਬੀ ਉੱਡ ਗਈ ਆ ਪੈਰ ਦਾ ਖੜਾਕ ਸੁਣ ਕੇ, ਉਹ ਬਹਿ ਗਈ ਜਾ ਕੇ। ਆਵਾਜ਼ਾਂ ਮੇਰੇ ਖਿਆਲ ਨਾਲ ਤੁਹਾਨੂੰ ਸੁਣਾਈ ਦੇ ਰਹੀਆਂ ਹੋਣਗੀਆਂ ਪੰਛੀਆਂ ਦੀਆਂ। ਆਹ ਵਿਊ ਦੇਖੋ ਕੁਦਰਤੀ, ਚਰਨਪ੍ਰੀਤ ਸਿੰਘ ਜੀ ਵੀਡੀਓ ਬਣਾ ਰਹੇ ਆ, ਫੋਟੋ ਖਿੱਚ ਰਹੇ ਆ। ਹਾਂਜੀ ਚਲੋ, ਇਹ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਉਣਾ, ਉੱਤੇ ਜਾਨਵਰਾਂ ਦੀਆਂ ਕਲੋਲਾਂ ਦੇਖੋ। ਇਹ ਲੈਟ ਮੀ ਕੈਪਚਰ, ਕਿੱਥੇ ਆ ਬਾਈ ਜਾਨਵਰਾਂ ਦੀਆਂ ਕਲੋਲਾਂ ਦੇਖ ਕਿਹੜੇ ਯਾਰ ਪੰਛੀ। ਆਹ ਦੇਖੋ, ਦੇਖੋ ਜੀ ਇਹ ਪੰਛੀ ਤੁਸੀਂ ਹੁਣ ਆਪੇ ਹੀ ਪਛਾਣਨੇ ਆ, ਤੁਹਾਨੂੰ ਅਸੀਂ ਦਿਖਾ ਤੇ ਆ ਬੈਠੇ, ਦੋ ਦੋ ਜੋੜਾ ਬੈਠਾ, ਵਧੀਆ ਮੌਕਾ ਲੱਗਿਆ ਇਹਨਾਂ ਨੂੰ। ਤੋਤੇ ਦੀ ਆਵਾਜ਼ਾਂ ਆਉਣੀਆਂ ਵਿੱਚੋਂ, ਬਹੁਤ ਸੋਹਣਾ ਕੁਦਰਤੀ ਵਾਤਾਵਰਨ। ਮੌਕਾ ਮਿਲਿਆ ਸਾਨੂੰ ਅੱਜ ਸਾਲ ਦਾ ਆਖਰੀ ਦਿਨ, ਇਹ ਸਾਡਾ ਅੱਜ 2020 ਦਾ ਆਖਰੀ ਟੂਰ ਆ ਜੀ, 31 ਦਸੰਬਰ 2020। ਲਓ ਮੈਂ ਤੁਹਾਨੂੰ ਪਿੱਛੇ ਦਿਖਾਉਣਾ ਆਪਣੇ। ਸੋ ਆਹ ਸਾਡਾ ਵਿਊ ਆ ਪਿੱਛੇ ਨਹਿਰ ਦਾ, ਕਿੰਨਾ ਸੋਹਣਾ। ਲਓ ਜੀ, ਮੇਰਾ ਕਰਿਆ ਵੀ ਮੈਂ ਥੋੜ੍ਹਾ ਜਿਹਾ ਥੱਲੇ ਜਾ ਕੇ ਤੁਹਾਨੂੰ ਵਿਊ ਦਿਖਾਵਾਂ, ਬਿਲਕੁਲ ਨਹਿਰ ਦੇ ਇਧਰਲੇ ਪਾਸੇ ਮੇਰੇ ਪੌਲ ਆ। ਪਾਣੀ ਦੇਖੋ ਸਾਫ ਸ਼ੁੱਧ ਹਰਾ ਪਾਣੀ, ਪੰਛੀਆਂ ਦੀਆਂ ਆਵਾਜ਼ਾਂ, ਨੀਲਾ ਸਾਫ ਅਸਮਾਨ। ਕੋਈ ਕੋਈ ਰਾਹਗੀਰ ਪੁਲ ਦੇ ਉੱਤੋਂ ਦੀ ਲੰਘ ਰਿਹਾ, ਕੋਈ ਕੋਈ ਟਾਵਾਂ ਟਾਵਾਂ ਰਾਹਗੀਰ। ਸੋ ਲਓ ਜੀ ਚੱਲਦੇ ਹਾਂ ਹੁਣ ਅਸੀਂ ਅੱਗੇ, ਸਾਡਾ ਸ਼ਾਮ ਦਾ ਜਿਹੜਾ ਡੈਸਟੀਨੇਸ਼ਨ ਸੀਗਾ ਉਹ ਆਲਮੋਸਟ 60 ਕਿਲੋਮੀਟਰ ਦਾ। ਲਓ ਜੀ ਇੰਟੀਰੀਅਰ ਦੇ ਵਿੱਚ ਥੋੜ੍ਹਾ ਜਿਹਾ ਮੈਂ ਤੁਹਾਨੂੰ ਜੰਗਲ ਦਾ ਵਿਊ ਦਿਖਾਉਣਾ ਨਹਿਰ ਦੇ ਕਿਨਾਰੇ। ਦਰਅਸਲ ਮੈਨੂੰ ਇੱਥੇ ਪਾਣੀ ਦੇ ਵਿੱਚ ਕੋਈ ਹਲਚਲ ਦਿਸੀ ਸੀ, ਮੈਂ ਸੋਚਿਆ ਸ਼ਾਇਦ ਕੋਈ ਕੁਦਰਤੀ ਜੀਵ ਸਾਨੂੰ ਦਿਖਾਈ ਦੇ ਜਾਵੇ, ਬਟ
लो जी टटीरियां दा झुंड ते तुसी देख सकते हो बैठा किन्ने सोहने पंछी। ये मैं जे थोड़ा जिहा होर कोले गया तो इन्हां ने उड़ जाना मैनू देख के, इसलिए थोनों इत्थों ही जूम करके दिखाउणा। लो जी थोड़ा जिहा भी उन्होंने खतरे का एहसास हुंदा किसी होर प्राणी दे प्रेजेंस दसदी आ तां इह जानवर उस तरह उड जांदे आ पंछी। सो आओ हुण तुहानूं वापस सड़क ते लै चलीए। मेरे नाल सरदार चरणप्रीत सिंह जी, 2020 दा अज आखिरी दिन 31 दसंबर 2020 दा साडा आखिरी साइकलिंग टूर आ साइकलिंग क्लब जगराओं। अज असी करीब 2:15 बजे जगराओं तो चले हठूर वास्ते। हठूर तो बाद असी पिंड जो आए साढ़े नहर का पुल, उस तो बाद महल कलां वास्ते नूं असी चले, तो महल कलां तक जाते जाते साढ़े टोटल फिर वापस ही जगराओं आए वाया रायकोट। टोटल 82.68 किलोमीटर असी कवर किए रायकोट तो वापस जगराओं आने तक। बड़ा ही सोहना वातावरण लग्या, अजे साल का आखिरी दिन सी। सो आओ थानू अगला टूर दिखाईए। लो जी महल कलां पहुँच गए जगराओं साइकलिंग क्लब। हुण इत्थों बिना रोके असी सीधा खेदना वाया रायकोट जगराओं। तो आप बोर्ड तो ही देख सकते हो रायकोट बरनाला, तो अड्डा महल कलां। लो जी आप अपने महल कलां गुगने का वैष्णो ढाबा, पर रखिया ने मूहरे सब्जियां हुई। ये देख लो भी मूहरे सब्जियां इतों ही बना के मेरा ख्याल दिता होगा। तो गुगने का वैष्णो ढाबा महल कलां। ਦੱਦਾਹੂਰ ਪਹੁੰਚ ਗਏ ਜੀ। ਦੱਦਾਹੂਰ ਇਹ ਹੁਣ ਲੁਧਿਆਣੇ ਜ਼ਿਲ੍ਹੇ ਦਾ ਆਖਰੀ ਪਿੰਡ ਆ। ਜੇ ਆਪਾਂ ਜਗਰਾਓਂ ਤੋਂ ਆਈਏ
ਇਧਰੋਂ ਇਹ ਸਾਡੇ ਵੱਲੋਂ ਹੁਣ ਜਿੱਥੋਂ ਆ ਰਹੇ ਆ ਇਧਰੋਂ ਇਹ ਪਹਿਲਾਂ ਹੋ ਗਿਆ ਹੁਣ ਲੁਧਿਆਣਾ ਜ਼ਿਲ੍ਹਾ ਇੱਥੋਂ ਸਟਾਰਟ ਹੋ ਗਿਆ ਜੀ ਸਾਹਮਣੇ ਨਹਿਰ ਦਾ ਪੁੱਲ ਆ ਗਿਆ ਉਹੀ ਨਹਿਰ ਜਿਹੜੀ ਤੁਹਾਨੂੰ ਪਹਿਲਾਂ ਦਿਖਾਈ ਸੀ ਉਹ ਅਸੀਂ ਉੱਧਰ ਪਿੰਡਾਂ ਵੱਲ ਦੀ ਗਏ ਸੀ ਹੁਣ ਅਸੀਂ ਮੇਨ ਰੋਡ ਆ ਗਏ ਹਾਂ ਇੱਥੇ ਨਹਿਰ ਦੇ ਉੱਤੇ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੱਦਾ ਹੂਰ ਆ ਆਹ ਦੇ ਇੱਥੇ ਆਹ ਲੈ ਇੱਧਰ ਦੇਖ ਸਕਦੇ ਤੁਸੀਂ ਖੱਬੇ ਹੱਥ ਆ ਲਓ ਜੀ ਹੁਣ ਚਰਨਪ੍ਰੀਤ ਸਿੰਘ ਜੀ ਕਹਿੰਦੇ ਫੋਟੋ ਕਰਨੀ ਆ ਜ਼ਰੂਰ ਲਓ ਜੀ ਪਹੁੰਚ ਗਏ ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੱਦਾ ਹੂਰ